ਹਾਂ ਜੀ ਏਟੋ, ਕਿੱਦਾਂ ਸਾਰੇ? ਸਾਰਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਚੱਲਿਆ ਮੋਟਰਸਾਈਕਲ 'ਤੇ, ਅਤੇ ਸਟੇਅਰਿੰਗ ਨਾਲੇ ਚਲਾਈ ਜਾਂਦੇ ਹਾਂ ਹੌਲੀ ਹੌਲੀ। ਇਹਨਾਂ ਉਹਦਾ ਉੱਡਦਾ ਬਹੁਤ ਆ ਇਹ, ਬਸ ਟਾਇਰ ਰੱਖਣ ਨਹੀਂ ਦਿੰਦਾ ਰੇਸ 'ਤੇ, ਉੱਡ ਲੈਂਦਾ ਬਸ। ਅਤੇ ਥੋੜ੍ਹਾ ਚਲਾਉਣਾ ਔਖਾ ਗਾ, ਤਾਂ ਕਰਕੇ ਹੌਲੀ ਹੌਲੀ ਆ ਰਹੇ ਸੀਗੇ। ਅਤੇ ਅੱਜ ਹੁਣ ਆਪਾਂ ਨੇ ਜਾਣਾ ਗਾ ਆਪਣੇ ਡਰੈਗਨ ਕਹਿ ਗਿਆ ਡਾਇਨਾਸੌਰ ਨੂੰ ਲੈ ਆ ਕੇ। ਡਾਇਨਾਸੌਰ ਰੱਖਣਾ ਹੋਇਆ ਸੀ ਆਪਣੇ ਮਿਸਤਰੀ ਲਵੇ, ਉਹ ਸਾਹਮਣੇ ਉਹ ਕਰਤਾ ਉਹਨੇ ਤਿਆਰ। ਅਤੇ ਇੱਕ ਛਤਰੀ ਲਾਉਣੀ ਦਿੱਤੀ ਸੀ, ਅਤੇ ਇੱਕ ਜਿਹੜੇ ਪੁਰਾਣੇ ਪਹਿਲਾਂ ਦੂਏ ਟਾਇਰ ਪਾਏ ਸੀਗੇ ਉਹ ਹਟਾ ਕੇ ਦੁਬਾਰੇ ਮੋਨਸਟਰ ਟਾਇਰ ਪਵਾਏ ਨੇ, ਠੀਕ ਹੈ। ਅਤੇ ਉਹ ਮਿਸਤਰੀ ਲਿਖਣਾ ਸੀ ਉਹ ਲਿਆ ਕੇ, ਉਦੋਂ ਬਾਅਦ ਆਪਣੇ ਘਰੇ ਜਾਣਾ, ਘਰੋਂ ਆਪਾਂ ਹਲ ਪਾ ਕੇ ਲੈ ਕੇ ਆਉਣੇ ਨੇਗੇ। ਹਲ ਪਾ ਕੇ ਲਿਆ ਕੇ ਫਿਰ ਦੇਖ ਲਾਂਗੇ, ਆਹ ਵਾਹੁਣਾ ਵੈਸੇ ਤਾਂ ਆਪਾਂ ਨੇ, ਅਤੇ ਦੇਖਦੇ ਹਾਂ ਦੋਵੇਂ ਖੱਤੇ ਵਾਹੇ ਜਾਣਗੇ ਤਾਂ ਆਪਾਂ ਦੋਵੇਂ ਖੱਤੇ ਵਾਹ ਦਿੰਦੇ ਹਾਂ ਨਾ। ਅਤੇ ਇੱਥੇ ਆਪਣਾ ਡਾਇਨਾਸੌਰ ਡਾਇਨਾਸੌਰ ਦਾ ਆਹ ਲਓ ਵੀ ਮੁੰਡੇ, ਕਹਿੰਦੇ ਕੀਤਾ ਪਿਆ ਫੁੱਲ ਤਿਆਰ। ਅਤੇ ਲਓ ਜੀ ਆਪਣੇ ਟਾਇਰ ਪਵਾਤੇ ਆ, ਹੈ ਨਾ। ਅਤੇ ਆਹ ਸਲੈਂਸਰ ਉੱਪਰ ਦੀ ਕੱਢਣਾ, ਅਤੇ ਦੇਖਦੇ ਹਾਂ ਕਿ ਕਿੱਦਾਂ ਬਣਦਾ ਕੰਮ, ਹੈ ਨਾ। ਹੁਣ ਥੋੜ੍ਹਾ ਟਾਈਮ ਘੱਟ ਸੀਗਾ ਤਾਂ ਕਰਕੇ ਮਿਸਤਰੀ ਮੇਲੇ ਉੱਪਰ ਦੀ ਕਰਤਾ, ਕਿਉਂਕਿ ਫਿਰ ਆਪਣੇ ਬਾਹੀ ਦਾ ਕੰਮ ਵੀ ਕਰਨਾ ਸੀ ਨਾ। ਤਾਂ ਕਰਕੇ ਚਲੋ ਹੁਣ ਆਪਾਂ ਚੱਲ ਕੇ ਲਿਆਈਏ ਪਵਾ ਕੇ ਪਹਿਲਾਂ ਆਪਣਾ ਹਲ, ਹਲ ਪਾ ਕੇ ਫਿਰ ਪਾ ਲਿਆ। ਨਾ ਸੌਰ ਮੇਰੇ ਵਿੱਚ ਨਵੀਂ ਲੁੱਕ। ਅਤੇ ਯੂ ਪਾਈਪ ਆਪਣੇ ਪਹਿਲੀ ਲਵਾ ਲਈ, ਅਤੇ ਹਲੇ ਮੈਨੂੰ ਪਤਾ ਵੀ ਲੱਕੀ ਬਾਈ ਉਹਨਾਂ ਨੇ ਨਹੀਂ ਲਵਾਈ ਹਲੇ ਯੂ ਪਾਈਪ, ਬਟ ਆਪਾਂ ਲਾ ਲਈ, ਚਲੋ ਕੋਈ ਚੱਕਰ ਨਹੀਂ। ਜੇ ਉਹਨਾਂ ਦਾ ਕੋਈ ਹੋਰ ਪਲਾਨ ਬਣਿਆ ਜਾਂ ਉਹਨਾਂ ਨੇ ਨਾ ਲਵਾਈ ਤਾਂ ਆਪਾਂ ਕਦੇ ਦਿਨ ਆਪਾਂ ਵੀ ਲਿਖਾ ਜਾਂਦੇ, ਠੀਕ ਹੈ। ਕੋਈ ਮੈਂ ਕਹਿੰਦਾ ਟੈਨਸ਼ਨ ਵਾਲੀ ਗੱਲ ਹੀ ਨਹੀਂ, ਠੀਕ ਹੈ। ਕਰਦਾ ਬੰਦਾ ਮਿਸਤਰੀ ਹਲ ਖੜੇ ਨੇ ਉੱਥੇ, ਹਾਂ ਸੀ ਜੀ, ਹਲ ਪਾਈਏ, ਹਲ ਪਾ ਕੇ ਚੱਲੀਏ ਮੇਰੇ ਲੈ ਕੇ। ਉਹ ਆ ਤਾਰ ਕਿੱਥੇ ਆ ਜੀ, ਇੱਕ ਮਿੰਟ ਤਾਰ ਚੱਲੀਏ ਸਰ, ਚਲ ਤਾਰ ਕਰੀਏ ਜੀ ਸਰ। ਤਾਂ ਚਲੋ ਹੁਣ ਜਾਣਾ ਆਪਣੇ ਖੇਤ, ਤੁਹਾਨੂੰ ਪਤਾ ਹੀ ਆ ਦੋ ਖੇਤ ਆਪਣੇ ਉਦੋਂ ਵਾਹ ਕੇ ਕਰਤੇ ਸੀ ਤਿਆਰ, ਬਾਕੀ ਦੇ ਦੋ ਰਹਿੰਦੇ ਆ। ਮੈਨੂੰ ਐਂ ਲੱਗ ਰਿਹਾ ਵੀ ਇੱਕ ਸਾਈਡ ਨੂੰ ਟਰੈਕਟਰ ਦੀ ਕਟਾਈ ਜ਼ਿਆਦੇ ਆ, ਠੀਕ ਹੈ। ਇੱਧਰ ਮੋੜ ਰਹੇ ਜ਼ਿਆਦਾ ਹੈ, ਥੋੜ੍ਹੀ ਜਿਹੀ ਜ਼ਿਆਦਾ, ਕੋਈ ਚੱਕਰ ਨਹੀਂ ਆਪਾਂ ਕਰਾ ਲਵਾਂਗੇ ਸਾਈਡ। ਮਿਸਤਰੀ ਲਵੇ ਇੱਕ ਦਿਨ ਹੋਰ ਫੜਾਉਣਾ ਪੈਣਾ, ਕਹਿੰਦੇ ਫੇਰ ਹੀ ਕਰੂ ਕੰਮ। ਲੱਗੀ ਫਿਰ ਵਾਹੁਣ ਕੱਲੀ ਕੱਢ ਦਿੰਦੇ ਆਹ ਕਰਕੇ ਵੀ ਸਟਾਰਟ ਕਰਦੇ ਹਾਂ, ਜਦੋਂ ਵਾਹੁਣਾ ਜਦੋਂ ਪਰਾਲਾ ਵਾਹੁਣਾ ਮੈਂ ਇਹ ਵੀ ਕਰਦੇ ਹਾਂ ਸਟਾਰਟ। ਇਹ ਸਰਾ ਲੱਗਿਆ ਪੈ ਜਾਂਦੀ, ਬਾਕੀ ਤੁਸੀਂ ਦੱਸਿਓ ਕਿੱਦਾਂ ਲੱਗਿਆ ਡਾਇਨਾਸੌਰ, ਥੋੜ੍ਹਾ ਲੁੱਕ ਚੇਂਜ ਕਰਕੇ, ਹੈ ਨਾ। ਹੁਣ ਕਹਿੰਦੇ ਪੱਟ ਲਈ ਹੈ, ਜੇ ਗੇਅਰ 'ਤੇ ਖਿੱਚੀਏ, ਹੈ ਨਾ। ਚਲੋ ਵੀ ਜਦੋਂ ਫਿਰ ਮੈਂ ਇਹਦਾ ਕੰਮ ਨਿਬੇੜ ਕੇ ਫਿਰ ਮਿਲਦਾ ਤੁਹਾਨੂੰ, ਹੈ ਨਾ।
Thank you.
ਲੋ ਵੀ ਜੀ ਆਟੋ ਕੰਮ ਤਾਂ ਹੋ ਗਿਆ ਕੰਪਲੀਟ। ਚੱਲਦੇ ਹਾਂ ਫਿਰ। ਮੋਟਰਸਾਈਕਲ ਵੀ ਥੋੜ੍ਹਾ ਰਹਿਣ ਦੀ, ਮੋਟਰਸਾਈਕਲ ਖੜਾ ਰਹਿਣ ਦਿਆ, ਡਾਇਨਾਸੌਰ ਨੂੰ ਲੈ ਕੇ ਚੱਲ ਜਾ। ਚਲੋ ਬਾਈ ਇੱਕ ਵਾਰ ਪਾਣੀ ਮਾਰ ਦਿਆ ਨਾ ਥੋੜ੍ਹਾ ਜਿਹਾ, ਮਿਸਤਰੀ ਦੁਬਾਰੇ ਕਢਾ ਕੇ ਆਵਾਂਗੇ ਜੇ ਕੁਛ ਕੰਮ ਕਰਾਉਣਾ ਗਾ ਤਾਂ। ਮਿਸਤਰੀ ਕਹੂੰਗਾ ਯਾਰ ਲੈ ਕੱਲ੍ਹ ਦਾ ਲੈ ਜਾਊਗਾ ਜੀ, ਐਡੀ ਜਿਹੀ ਇੰਨਾ ਲਵੇੜ ਕੇ ਵੀ ਕਢਾ ਤਾ, ਕਢਾਈਏ ਇਹਨੂੰ ਅੰਦਰ। ਲਓ ਵੀ ਚਲੋ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਪੂਰੀ ਐਂਡ, ਅਤੇ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਿਓ, ਅਤੇ ਡਾਇਨਾਸੌਰ ਦੀ ਲੁੱਕ ਕਿੱਦਾਂ ਲੱਗੀ ਨਵੀਂ, ਹੈ ਨਾ ਉਹ ਵੀ ਜ਼ਰੂਰ ਦੱਸਿਓ, ਅਤੇ ਬਾਕੀ ਨਵਾਂ ਕੀ ਦੇਖਣਾ ਚਾਹੋਗੇ ਉਹ ਵੀ ਜ਼ਰੂਰ ਦੱਸਿਓ। ਬਾਕੀ ਕਰਦੇ ਹਾਂ ਵੀਡੀਓ ਐਂਡ, ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ, ਟੇਕ ਕੇਅਰ।